पेश कर दिया गया है क्योंकि नवे तत्व सामने आए थे जिदे करके किया, लेकिन नवा रूप ही नहीं बनाया गया। ਇਹ ਜਿਹੜਾ ਚਲਾਨ ਹੈਗਾ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਹੈਗਾ, ਜਿਹੜਾ ਪਹਿਲਾ ਚਲਾਨ ਪੇਸ਼ ਹੋਇਆ ਸੀ ਉਹ ਲਗਭਗ 7000 ਤੋਂ ਉੱਪਰ ਪੇਜਾਂ ਦਾ ਸੀਗਾ, ਜਿਹੜਾ ਅੱਜ ਚਲਾਨ ਪੇਸ਼ ਹੋਇਆ ਹੈਗਾ ਲਗਭਗ 2400 ਦੇ ਕਰੀਬ 2000 ਤੋਂ ਉੱਪਰ ਪੇਜਾਂ ਦਾ ਚਲਾਨ ਪੇਸ਼ ਹੋਇਆ ਹੈਗਾ ਕਿ ਸਾਜ਼ਿਸ਼ਕਰਤਾਵਾਂ ਨੇ ਸਾਜ਼ਿਸ਼ ਕਿਸ ਤਰ੍ਹਾਂ ਰਚੀ ਉਹ ਸਾਰਾ ਜਿਹੜਾ ਐਵੀਡੈਂਸ ਆ ਉਹਦੇ 'ਚ ਇਨਕਾਰਪੋਰੇਟ ਕੀਤਾ ਗਿਆ, ਉਹ 'ਚ ਪਾਇਆ ਗਿਆ ਹੈਗਾ, ਜਿਹੜਾ ਵੀ ਐਵੀਡੈਂਸ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਮਿਲਿਆ ਗਿਆ। ਸੋ ਸਾਡਾ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਅਹਿਮ ਕਦਮ ਚੁੱਕਿਆ ਗਾ ਕਿ ਜਿਨ੍ਹਾਂ ਨੇ 2015 ਦੇ ਸਮੇਂ ਦੇ ਵਿੱਚ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ, ਕਿਉਂਕਿ ਉਹਨਾਂ ਦੋਸ਼ੀਆਂ ਨੇ ਲਗਾਤਾਰ ਉਹ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਕਾਂਗਰਸ ਪਾਰਟੀ ਉਹਨਾਂ ਨੂੰ ਬਚਾਉਂਦੀ ਰਹੀ, ਪਰ ਲੇਕਿਨ ਜਿਹੜਾ ਵੀ ਪੰਜਾਬ ਦੇ ਅੰਦਰ ਗਲਤ ਕੰਮ ਕਰੂਗਾ ਕੋਈ ਵੀ ਮਾੜਾ ਕੰਮ ਕਰੂਗਾ ਅਸੀਂ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦੇਵਾਂਗੇ। ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਦਿੱਤਾ ਗਾ, ਅਸੀਂ ਇੱਕ ਇੱਕ ਕਰਕੇ ਜਿਹਨੇ ਵੀ ਮਾੜਾ ਕੰਮ ਪੰਜਾਬ 'ਚ ਕੀਤਾ ਉਹਨੂੰ ਸਜ਼ਾ ਮਿਲੂਗੀ। ਨਹੀਂ ਸਪਲੀਮੈਂਟਰੀ ਚਲਾਨ ਹੈ ਜੀ, ਸਪਲੀਮੈਂਟਰੀ ਚਲਾਨ ਦਾ ਮਤਲਬ ਇਹ ਆ ਕਿ ਜਿਹੜਾ ਪਹਿਲਾ ਚਲਾਨ ਪੇਸ਼ ਹੋਇਆ ਗਾ ਉਸ ਦੇ ਨਾਲ ਜਿਹੜਾ ਰਹਿ ਗਿਆ ਸੀਗਾ ਜਿਹੜਾ ਡਾਕੂਮੈਂਟ ਰਹਿ ਚੁੱਕੇ ਸੀ ਉਹਨਾਂ ਨੂੰ ਉਸ ਚਲਾਨ ਦੇ ਵਿੱਚ ਕਲੱਬ ਕੀਤਾ ਗਿਆ। ਦੇਖੋ ਪੰਜਾਬ ਦਾ ਬੱਚਾ ਬੱਚਾ ਜਾਣਦਾ ਗਾ ਕਿ ਮੁਖਤਿਆਰ ਅੰਸਾਰੀ ਇੱਕ ਨਾਮਵਰ ਗੈਂਗਸਟਰ ਆ, ਯੂਪੀ ਦਾ ਰਹਿਣ ਵਾਲਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਬਹੁਤ ਵੱਡਾ ਗੈਂਗਸਟਰ ਆ। ਉਹਨੂੰ ਪੰਜਾਬ 'ਚ ਲਿਆ ਕੇ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਗੈਂਗਸਟਰਾਂ ਦੀ ਪਨੀਰੀ ਤਿਆਰ ਕੀਤੀ, ਗੈਂਗਸਟਰਾਂ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਉਸ ਸਮੇਂ ਦੀ ਸਰਕਾਰ ਨੇ ਕੀਤਾ ਕਿ ਪੰਜਾਬ ਵਿੱਚ ਵੀ ਗੈਂਗਸਟਰਵਾਦ ਨੂੰ ਲਿਆਂਦਾ ਜਾਵੇ। ਉਸ ਤੋਂ ਪਹਿਲਾਂ ਇਹੀ ਕੰਮ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਵਾਲੇ ਕਰਦੇ ਸੀ, ਪਰ ਲੇਕਿਨ ਅਸੀਂ ਐਂਟੀ ਗੈਂਗਸਟਰ ਫੋਰਸ ਬਣਾ ਕੇ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰ ਰਹੇ ਹਾਂ, ਗੈਂਗਸਟਰ ਪੰਜਾਬ 'ਚੋਂ ਖਤਮ ਹੋਣਗੇ, ਔਰ ਜਿਨ੍ਹਾਂ ਨੇ ਵੀ ਇਹ ਗਲਤ ਆਰਡਰ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਦੋਂ ਵੀ ਆਪਣਾ ਸਲਾਹ ਲੈ ਕੇ ਕਾਨੂੰਨੀ ਸਲਾਹ ਲੈ ਕੇ ਉਹਨਾਂ ਦੇ ਖਿਲਾਫ ਕਾਰਵਾਈ। ਜਾਂਚ ਰਿਪੋਰਟ ਜਿਹੜੀ ਸੀਐਮ ਆਫਿਸ ਪੇਸ਼ ਕਰ ਦਿੱਤੀ ਗਈ ਹੈ ਕਿਉਂਕਿ 2019 ਤੋਂ ਲੈ ਕੇ 2021 ਤੱਕ ਜਦੋਂ ਕੈਪਟਨ ਸਾਹਿਬ ਸੀਗੇ, ਮੁੱਖ ਮੰਤਰੀ ਸੀ, ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਸੀਗੇ, ਸਿਰਫ ਪੁਲਿਸ ਵਾਲਿਆਂ ਦਾ ਨਾਮ ਹੈ ਉਹਦੇ ਵਿੱਚ, ਕਿਸੇ ਮੰਤਰੀ ਜਾਂ ਨੇਤਾ ਦਾ ਨਾਮ ਨਹੀਂ। ਦੇਖੋ ਮੈਂ ਰਿਪੋਰਟ ਪੜ੍ਹੀ ਨਹੀਂ, ਰਿਪੋਰਟ ਪੜ੍ਹਨ ਤੋਂ ਬਾਅਦ ਮੈਂ ਕਮੈਂਟ ਕਰ ਸਕਦਾ, ਪਰ ਲੇਕਿਨ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ ਉਹਦੇ ਖਿਲਾਫ ਕਰ ਰਹੇ ਹੋ। ਅਕਾਲੀ ਦਲ ਆਪਣੀਆਂ ਸਾਰੀਆਂ ਰੈਲੀਆਂ 'ਚ ਨਾ ਆਮ ਆਦਮੀ ਪਾਰਟੀ ਨੂੰ ਦੋ ਮੁੱਦਿਆਂ 'ਤੇ ਘੇਰ ਰਿਹਾ, ਇੱਕ ਤਾਂ ਕਹਿੰਦੇ ਡਿਪਟੀ ਸੀਐਮ ਦਲਿਤ ਬਣਾਉਣਾ ਸੀ ਨਹੀਂ ਬਣਾਇਆ, ਦੂਸਰਾ ਹਜ਼ਾਰ ਰੁਪਏ ਨਹੀਂ ਦਿੱਤਾ, ਇਸ ਮਾਮਲੇ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਉਹਨਾਂ ਨੂੰ ਜ਼ਰੂਰ ਪੁੱਛੋ ਕਿ ਤੁਸੀਂ 10 ਸਾਲ ਪੰਜਾਬ 'ਚ ਰਾਜ ਕੀਤਾ, ਪੰਜਾਬ 'ਚ ਚਿੱਟੇ ਦਾ ਪ੍ਰਸਾਰ ਕੀਤਾ, ਚਿੱਟੇ ਦਾ ਪ੍ਰਸਾਰ ਕੀਤਾ, ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਗਏ, ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਰਾਜ ਸਮੇਂ 'ਚ ਹੋਈਆਂ, ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਸਾਜ਼ਿਸ਼ਾਂ ਅਕਾਲੀ ਦਲ ਨੇ ਰਚੀਆਂ। ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਲੋਕਾਂ ਦੀਆਂ ਪੂਰੀਆਂ ਕੀਤੀਆਂ ਨੇਗੀਆਂ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਧੰਨਵਾਦ ਵੀ ਕਰੋ, ਜਿਹੜੀਆਂ ਗਰੰਟੀਆਂ 300 ਯੂਨਿਟ ਤੁਹਾਡੇ ਘਰਾਂ ਦੇ ਵੀ ਮਾਫ਼ ਹੋਏ ਨੇਗੇ, ਅਕਾਲੀ ਦਲ ਦੇ ਘਰਾਂ ਦੇ ਵੀ ਮਾਫ਼ ਹੋਏ ਨੇ 300 ਯੂਨਿਟ, ਔਰ ਜੇ ਸਕੂਲ ਆਫ ਐਮੀਨੈਂਸ ਉਹਨਾਂ ਪਿੰਡਾਂ 'ਚ ਵੀ ਬਣ ਗਏ ਜਿੱਥੇ ਅਕਾਲੀ ਦਲ ਦੇ ਲੋਕ ਰਹਿੰਦੇ ਨੇਗੇ, ਮਹੱਲਾ ਕਲੀਨਿਕ ਉੱਥੇ ਵੀ ਬਣ ਗਏ ਬਣ ਰਹੇ ਨੇਗੇ ਜਿੱਥੇ ਅਕਾਲੀ ਦਲ ਵਾਲੇ ਰਹਿੰਦੇ ਨੇਗੇ। ਸੋ ਬਿਲਕੁਲ ਸਾਰੀਆਂ ਗਰੰਟੀਆਂ ਕੀ ਕਰਕੇ ਪੂਰੀਆਂ ਕਰਦੇ ਨੇ, ਸਾਨੂੰ 5 ਸਾਲ ਲਈ ਮੈਂਡੇਟ ਦਿੱਤਾ ਗਾ ਪੰਜਾਬ ਦੇ ਲੋਕਾਂ ਨੇ, ਪਹਿਲੇ ਸਾਲ ਹੀ ਸਾਰੀਆਂ ਗਰੰਟੀਆਂ ਸੀ, ਬਹੁਤ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ, ਜਿਹੜੀਆਂ ਰਹਿ ਗਈਆਂ ਉਹ ਵੀ ਕਰਾਂਗੇ। ਜਿਹੜਾ ਮੋਰਿੰਡੇ ਦੇ ਵਿੱਚ ਘਟਨਾ ਵਾਪਰੀ ਆ ਉਹਦੀ ਮੈਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਗਾ, ਉਹਦੀ ਨਿੰਦਾ ਕਰਦਾ ਗਾ, ਬਿਲਕੁਲ ਇੱਕ ਦੋਸ਼ੀ ਜਿਹੜਾ ਫੜਿਆ ਗਿਆ ਗਾ, ਔਰ ਉਹਦੀ ਜਾਂਚ ਜਿਹੜੀ ਚੱਲਦੀ ਆ ਬਹੁਤ ਜਲਦੀ ਜਾਂਚ ਮੁਕੰਮਲ ਹੋ ਜਾਣੀ ਆ, ਔਰ ਬਹੁਤ ਜਲਦੀ ਜਿਹੜਾ ਉਹ ਚਲਾਨ ਪੇਸ਼ ਹੋਣਾ, ਦੋਸ਼ੀਆਂ ਨੂੰ ਸਜ਼ਾ ਦਵਾ ਕੇ ਰਹਾਂਗੇ। ਸਾਡਾ ਕੰਮ ਅਸੀਂ ਇਹਨਾਂ ਵਾਂਗੂ ਇਹ ਨਹੀਂ ਕਿ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਕਾਲੀ ਦਲ ਵਾਲੇ ਚੁੱਪ ਕਰਕੇ ਬੈਠੇ ਰਹੇ, 2 ਸਾਲ ਇਹਨਾਂ ਦੀ ਸਰਕਾਰ ਰਹੀ ਕੋਈ ਵੀ ਚਲਾਨ ਨਹੀਂ ਪੇਸ਼ ਕੀਤਾ, ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਕਾਂਗਰਸ ਪਾਰਟੀ ਦਾ ਰਾਜ 5 ਸਾਲ ਰਿਹਾ, ਇੱਕ ਵੀ ਕਾਰਵਾਈ 5 ਸਾਲਾਂ 'ਚ ਕਾਂਗਰਸ ਪਾਰਟੀ ਨੇ ਕੀਤੀ, ਸਾਡੀ ਸਰਕਾਰ ਆਈ ਹੈ 1 ਸਾਲ ਦੇ ਦੌਰਾਨ ਜਿਨ੍ਹਾਂ ਨੇ ਬੇਅਦਬੀ ਕੀਤੀ ਦੋਸ਼ੀਆਂ ਦੇ ਉਹਦੇ ਖਿਲਾਫ਼ ਚਲਾਨ ਪੇਸ਼ ਹੋ ਚੁੱਕੇ ਨੇਗੇ, ਜਿਨ੍ਹਾਂ ਨੇ ਕੱਲ ਮੋਰਿੰਡਾ 'ਚ ਬੇਅਦਬੀ ਕੀਤੀ ਆ ਉਹਨਾਂ ਨੂੰ ਬਿਲਕੁਲ ਸਖ਼ਤ ਸਜ਼ਾਵਾਂ ਦੇਵਾਂ। ਜਿਹੜੇ ਸਿਆਸੀ ਮਾਹਰ ਨੇ ਦੇਖੋ ਉਹ ਸਾਰਾ ਕਾਨੂੰਨੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਆਫਿਸਰ ਨੇ ਉਹ ਵਿਚਾਰ ਕਰ ਰਹੇ। ਸਰ ਜਿਹੜੇ ਸਿਆਸੀ ਮਾਹਰ ਨੇ ਨਾ ਇਸ ਵਕਤ ਜਲੰਧਰ ਇਲੈਕਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਸੈਕਿੰਡ ਨੰਬਰ ਤੇ ਦੇਖ ਰਹੇ ਨੇ, ਫਸਟ ਤੇ ਹਜੇ ਵੀ ਕਾਂਗਰਸ ਨੂੰ ਦੇਖਿਆ ਜਾ ਰਿਹਾ, ਉਹਨੂੰ ਕਿੱਦਾਂ ਤੁਸੀਂ ਭੰਗ? ਇਹ ਜਲੰਧਰ ਦੇ ਲੋਕ ਬੜੇ ਸਿਆਸੀ ਮਾਹਰ ਨੇਗੇ, ਇਹ ਜਿਹੜੇ ਚੰਦ ਸਿਆਸੀ ਮਾਹਰ ਹੁੰਦੇ ਨੇਗੇ ਸਟੋਰੀਆਂ ਲਿਖਣ ਵਾਲੇ,
ਉਹਨਾਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਅੱਜ ਕੱਲ ਲੋਕਾਂ ਨੂੰ ਪਤਾ ਹੈਗਾ ਆਮ ਲੋਕਾਂ ਨੂੰ ਆਪਣੀ ਤਾਕਤ ਜਿਹੜੀ ਆ ਆਮ ਲੋਕਾਂ ਨੂੰ ਪਤਾ ਕਿ ਸਾਡੇ ਕੋਲ ਕਿੰਨੀ ਤਾਕਤ ਆ ਔਰ ਉਹਨਾਂ ਨੇ ਪਹਿਲਾਂ ਇਹ ਜਿਹੜੇ ਸਿਆਸੀ ਮਾਹਰ ਸੀਗੇ ਉਹਨਾਂ ਦੇ ਜਿਹੜੇ ਪੰਜ ਪੰਜ ਵਾਰ ਬਾਰੇ ਸੀਐਮ ਸੀ ਉਹਨਾਂ ਨੂੰ ਸਭ ਨੂੰ ਠੋਕਿਆ ਹਰਾਇਆ ਸਾਡੇ ਆਮ ਘਰਾਂ ਦੇ ਮੁੰਡੇ ਕੁੜੀਆਂ ਜਿੱਤ ਕੇ ਇੱਥੇ ਆਏ ਨੇਗੇ ਸੋ ਬਿਲਕੁਲ ਇਸ ਤਰ੍ਹਾਂ ਤੋਂ ਵੱਡਾ ਉਲਟ ਫੇਰ ਪੰਜਾਬ ਜਿਹੜਾ ਜਿਮਨੀ ਚੋਣ ਚ ਹੋਊਗਾ ਔਰ ਜਿੱਤ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੂੰ।